ਪਿਆਰੇ ਵਿਦਿਆਰਥੀਓ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਨੰਦ ਲਾਲ ਨੂਰਪੁਰੀ ਜੀ ਦੀ ਕਵਿਤਾ ਕਿੱਥੇ ਮਾਤਾ ਤੋਰਿਆ ਪੜ੍ਹਾਂਗੇ। ਇਸ ਕਵਿਤਾ ਵਿੱਚ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਕੀਤਾ। ਉਹਨਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੇ ਬਿਨਾਂ ਇਸ ਜਹਾਨ ਦੇ ਵਿੱਚ ਮਾਪੇ ਅਧੂਰੇ ਹਨ। ਕਿੱਥੇ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਅਤੇ ਮਹਿਲਾਂ ਦੀ ਬਹਾਰ ਨੂੰ। ਕਵੀ ਮਾਤਾ ਗੁਜਰੀ ਜੀ ਨੂੰ ਸਵਾਲ ਕਰ ਰਿਹਾ ਆ ਕਿ ਮਾਤਾ ਜੀ, ਤੁਸੀਂ ਅਜੀਤ ਅਤੇ ਜੁਝਾਰ ਨੂੰ ਕਿੱਥੇ ਤੋਰ ਆਏ ਹੋ ਜੋ ਇਹਨਾਂ ਮਹਿਲਾਂ ਦੀਆਂ ਰੌਣਕਾਂ ਸੀ, ਇਸ ਵਿਹੜੇ ਦੀਆਂ ਬਹਾਰਾਂ ਸੀ। ਜਿਨ੍ਹਾਂ ਦੀਆਂ ਚਾਈ ਚਾਈ ਘੋੜੀਆਂ ਸੀ ਗਾਉਣੀਆਂ, ਸਿਹਰਿਆਂ ਦੇ ਨਾਲ ਸੀ ਜੋ ਸੋਹਣੀਆਂ ਸਜਾਉਣੀਆਂ, ਉਹ ਪੁੱਤਰ ਜੋ ਹੁਣ ਵਿਆਹੁਣ ਦੇ ਕਾਬਲ ਸੀ ਅਤੇ ਉਹਨਾਂ ਦੇ ਵਿਆਹਾਂ ਦੀਆਂ ਘੋੜੀਆਂ ਗਾਉਣੀਆਂ ਸੀ, ਉਹਨਾਂ ਦੇ ਸਿਰਾਂ 'ਤੇ ਸੋਹਣੇ ਸਿਹਰੇ ਬੰਨਣੇ ਸੀ ਅਤੇ ਸੋਹਣੀਆਂ ਕਲਗੀਆਂ ਸਜਾਉਣੀਆਂ ਸੀ। ਸਿਹਰਿਆਂ ਦੇ ਵਿੱਚ ਹੈ ਸੀ ਗੁੰਦਣਾ ਪਿਆਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ। ਉਹਨਾਂ ਦੇ ਸਿਹਰਿਆਂ ਦੇ ਵਿੱਚ ਇਸ ਪਿਆਰ ਨੂੰ ਜੋ ਤੁਸੀਂ ਗੁੰਦਣਾ ਸੀ, ਉਹਨਾਂ ਬੱਚਿਆਂ ਨੂੰ ਤੁਸੀਂ ਕਿੱਥੇ ਤੋਰ ਆਏ ਹੋ। ਸੁੰਨੇ ਸੁੰਨੇ ਜਾਪਦੇ ਨੇ ਮਹਿਲ 'ਤੇ ਅਟਾਰੀਆਂ, ਚੰਦ ਜਿਹੀਆਂ ਸੂਰਤਾਂ ਉਹ ਕਿੱਥੇ ਗਈਆਂ ਪਿਆਰੀਆਂ। ਕਹਿੰਦੇ ਉਹਨਾਂ ਬੱਚਿਆਂ ਦੇ ਬਗੈਰ ਜੋ ਇਹ ਮਹਿਲ ਮਾੜੀਆਂ ਆ, ਇਹ ਬਿਲਕੁਲ ਸੁੰਨੇ ਜਾਪਦੇ ਆ, ਇਹਨਾਂ ਦੇ ਵਿੱਚ ਰੌਣਕ ਨਹੀਂ ਰਹਿ ਗਈ। ਉਹਨਾਂ ਦੀਆਂ ਚੰਦ ਜਿਹੀਆਂ ਸੂਰਤਾਂ ਉਹ ਕਿੱਥੇ ਪਿਆਰੀਆਂ ਅਲੋਪ ਹੋ ਗਈਆਂ। ਕਾਨੂੰ ਤੋਰ ਦਿੱਤਾ ਐਡੇ ਸੋਹਣੇ ਪਰਿਵਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ। ਕਹਿੰਦੇ ਤੁਸੀਂ ਆਪਣੇ ਇੰਨੇ ਸੋਹਣੇ ਪਰਿਵਾਰ ਨੂੰ ਕਾਹਤੋਂ ਤੋਰ ਦਿੱਤਾ ਆ, ਕਿਉਂ ਤੁਸੀਂ ਉਹਨਾਂ ਨੂੰ ਤੋਰ ਦਿੱਤਾ ਆ, ਕਿੱਥੇ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ। ਹੇ ਮਾਤਾ ਜੀ, ਤੁਸੀਂ ਅਜੀਤ ਅਤੇ ਜੁਝਾਰ ਨੂੰ ਕਿੱਥੇ ਤੋਰ ਆਏ ਹੋ। ਪਿਤਾ ਦਸ਼ਮੇਸ਼ ਜਦੋਂ ਚਾਈ ਚਾਈ ਆਉਣਗੇ, ਅੱਜ ਕਿੱਥੋਂ ਹਾਕਾਂ ਮਾਰ ਉਹਨਾਂ ਨੂੰ ਬੁਲਾਉਣਗੇ। ਜਦੋਂ ਗੁਰੂ ਗੋਬਿੰਦ ਸਿੰਘ ਜੀ, ਦਸ਼ਮੇਸ਼ ਪਿਤਾ ਉਹਨਾਂ ਨੂੰ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੂੰ, ਜਦੋਂ ਉਹ ਵਾਪਸ ਘਰ ਆਉਣਗੇ ਅਤੇ ਉਹ ਆਵਾਜ਼ਾਂ ਮਾਰ ਕੇ ਉਹਨਾਂ ਨੂੰ ਕਿਵੇਂ ਬੁਲਾਉਣਗੇ। ਕਿਵੇਂ ਠੰਡ ਪਊ ਉਸ ਸੱਚੀ ਸਰਕਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ। ਫਿਰ ਉਸ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਆ, ਉਹਨਾਂ ਨੂੰ ਬੱਚਿਆਂ ਤੋਂ ਬਿਨਾਂ ਕਿਵੇਂ ਠੰਡ ਪਊਗੀ। ਜਦੋਂ ਬੱਚੇ ਘਰ ਹੁੰਦੇ ਆ ਉਹਨਾਂ ਨੂੰ ਗਲ ਦੇ ਨਾਲ ਲਾ ਕੇ ਮਾਪਿਆਂ ਨੂੰ ਠੰਡ ਪੈਂਦੀ ਆ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਘਰ ਪਰਤੇ ਉਹਨਾਂ ਨੂੰ ਘਰ ਦੇ ਵਿੱਚ ਬੱਚੇ ਹੀ ਨਹੀਂ ਮਿਲੇ ਅਤੇ ਉਹਨਾਂ ਨੂੰ ਠੰਡ ਕਿਵੇਂ ਪਵੇਗੀ। ਪੁੱਤਰਾਂ ਦੇ ਦੁੱਖ 'ਤੇ ਵਿਛੋੜੇ ਝੱਲੇ ਜਾਣ ਨਾ। ਹੇ ਮਾਤਾ ਜੀ, ਪੁੱਤਰਾਂ ਦੇ ਦੁੱਖ ਨਹੀਂ ਝੱਲੇ ਜਾਂਦੇ, ਉਹਨਾਂ ਦੇ ਵਿਛੋੜੇ ਨਹੀਂ ਝੱਲੇ ਜਾਂਦੇ। ਪੁੱਤਰਾਂ ਦੇ ਬਿਨਾਂ ਚੰਗਾ ਲੱਗਦਾ ਜਹਾਨ ਨਾ। ਇਸ ਜਹਾਨ 'ਤੇ ਭਾਵੇਂ ਲੱਖ ਖੁਸ਼ੀਆਂ ਹੋਣ, ਜਿੰਨਾ ਮਰਜ਼ੀ ਸੋਹਣਾ ਜਹਾਨ ਦਿਖਦਾ ਹੋਵੇ, ਪਰ ਪੁੱਤਰਾਂ ਦੇ ਬਿਨਾਂ ਇਹ ਜਹਾਨ ਚੰਗਾ ਨਹੀਂ ਲੱਗਦਾ। ਨੂਰਪੁਰੀ ਪੁੱਛ ਕੇ ਤੂੰ ਵੇਖ ਸੰਸਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਅਤੇ ਜੁਝਾਰ ਨੂੰ। ਨੂਰਪੁਰੀ, ਇਹਦੇ ਵਿੱਚ ਉਹਨਾਂ ਨੇ ਆਪਣਾ ਨਾਮ ਲਿਖਿਆ ਕਵੀ ਨੇ, ਨੰਦ ਲਾਲ ਨੂਰਪੁਰੀ। ਉਹ ਕਹਿੰਦੇ ਤੂੰ ਸੰਸਾਰ ਨੂੰ ਵੇਖ ਕੇ ਪੁੱਛ ਕੇ ਦੇਖ ਲੈ ਕਿ ਪੁੱਤਰਾਂ ਤੋਂ ਬਿਨਾਂ ਜਿਹੜਾ ਕਦੀ ਵੀ ਜਹਾਨ ਚੰਗਾ ਨਹੀਂ ਲੱਗਦਾ ਆ। ਹੇ ਮਾਤਾ ਜੀ, ਤੁਸੀਂ ਅਜੀਤ ਅਤੇ ਜੁਝਾਰ ਨੂੰ ਕਿੱਥੇ ਤੋਰ ਆਏ ਹੋ। ਧੰਨਵਾਦ।